ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਵੀਰ, ਮੈਂ ਅਲੱਗ ਅਲੱਗ ਸ਼ਹਿਰਾਂ ਵਿੱਚ ਜਾ ਕੇ ਯੂਰਪ ਦੇ ਤਨਾ ਰੂਬਰੂ ਹੁੰਦਾ ਰਹਿੰਦਾ ਜੀ, ਅਤੇ ਹੁਣ ਮੈਂ ਅੱਜ ਪੋਲੈਂਡ ਦੇ ਸ਼ਹਿਰ ਵਾਰਸਾ ਵਿੱਚ ਆਇਆ। ਇਹ ਸ਼ਹਿਰ ਬਹੁਤ ਮਸ਼ਹੂਰ ਸ਼ਹਿਰ ਹੈ ਜੀ ਪੋਲੈਂਡ ਦਾ, ਅਤੇ ਪੋਲੈਂਡ ਕੀ ਸਾਰੇ ਯੂਰਪ ਦੇ ਵਿੱਚ ਕਾਫੀ ਮਸ਼ਹੂਰ ਹੈ, ਬਹੁਤ ਜ਼ਿਆਦਾ ਸੈਲਾਨੀ ਇੱਥੇ ਆਉਂਦੇ ਆ ਸੈਰ ਕਰਨ ਵਾਸਤੇ, ਕਿਉਂਕਿ ਅੱਛੇ ਤਰੀਕੇ ਨਾਲ ਇਨਫਰਾਸਟ੍ਰਕਚਰ ਬਣਿਆ ਹੋਇਆ, ਬਹੁਤ ਅੱਛਾ ਇਹ ਸ਼ਹਿਰ ਹੈ ਜੀ। ਕਿਸੇ ਸਮੇਂ ਜਾਣੀ ਕਿ ਸ਼ਹਿਰ ਦੇ ਤੋਂ ਕਾਫੀ ਨੁਕਸਾਨ ਕੀਤਾ ਗਿਆ ਸੀ ਵਰਲਡ ਵਾਰ ਸੈਕਿੰਡ ਦੇ ਵਿੱਚ, ਵਰਲਡ ਵਾਰ ਫਸਟ ਦੇ ਵਿੱਚ ਕਾਫੀ ਕੁਛ ਹੋਇਆ ਸੀ, ਪਰ ਇਹ ਫਿਰ ਵੀ ਇਨਫਰਾਸਟ੍ਰਕਚਰ ਕਾਫੀ ਇਹਨਾਂ ਨੇ ਅੱਛੇ ਤਰੀਕੇ ਦੇ ਨਾਲ ਬਿਲਡ ਕੀਤਾ ਹੋਇਆ। ਯੂਰਪ ਦੇ ਮੰਨੇ ਹੋਏ ਸ਼ਹਿਰਾਂ ਵਿੱਚੋਂ ਇੱਕ ਸ਼ਹਿਰ ਹੈ ਜੀ ਇਹ, ਅਤੇ ਮੈਂ ਤੁਹਾਨੂੰ ਇਹਦਾ ਰੂਬਰੂ ਕਰਾਂ। ਅੱਜ ਮੈਂ ਸੈਂਟਰ ਦੇ ਵਿੱਚ ਆਇਆ ਸੀ ਜੀ, ਅਤੇ ਸੈਂਟਰ ਦੇ ਵਿੱਚ ਮੈਂ ਦੇਖਿਆ ਵੀ ਬਹੁਤ ਅੱਛੇ ਅੱਛੇ ਮਾਲ ਹੈਗੇ ਆ ਜੀ, ਅਤੇ ਬੜੀਆਂ ਅੱਛੀ ਮਿਊਜ਼ੀਅਮ ਵਗੈਰਾ ਬਣੇ ਹੋਏ ਆ, ਪੈਲਸ ਵਗੈਰਾ ਰਾਜੇ ਰਾਣੀਆਂ ਦੇ ਜਿਹੜੇ ਬਣੇ ਹੋਏ ਸੀ ਪਹਿਲੇ ਜੀ, ਉਹ ਆ 5-star ਹੋਟਲ ਆ, ਅਤੇ ਉਹ ਸਾਰੇ ਜਿਹੜੇ ਸੈਂਟਰ ਦੇ ਵਿੱਚ ਹੀ ਆ। ਤੋ ਸੈਂਟਰ ਦੇ ਵਿੱਚ ਮੈਂ ਸੋਚਿਆ ਵੀ ਚਲੋ ਪਹਿਲੋ ਸੈਂਟਰ ਦੇ ਉੱਤੇ ਸ਼ੁਰੂਆਤ ਕਰਦੇ ਹਾਂ ਜੀ, ਅਤੇ ਜਿਹੜੀ ਮੈਂ ਜਦੋਂ ਕੀਪ ਤੋਂ ਚੱਲਿਆ ਸੀ ਜੀ, ਉਹ ਕੀਪ ਤੋਂ ਲੈ ਕੇ ਇਸ ਤੱਕ ਜਿਹੜੀ ਰਾਸਤੇ ਦੀ ਵੀਡੀਓ ਵਗੈਰਾ ਬਣਾਈ ਹੋਈ ਆ, ਕਿਉਂਕਿ ਮੌਸਮ ਇੰਨਾ ਵਧੀਆ ਨਹੀਂ ਸੀ, ਇੰਨੀ ਵਧੀਆ ਨਹੀਂ ਆਈ, ਫਿਰ ਵੀ ਮੈਂ ਜਿਹੜੀ ਉਹ ਜ਼ਰੂਰ ਤੁਹਾਡੇ ਰੂਬਰੂ ਕਰੂੰਗਾ ਜਿੰਨੀ ਕੁ ਮੈਂ ਬਣਾਈ ਆ ਰਾਸਤੇ ਦੇ ਵਿੱਚ ਆਉਣ 'ਤੇ, ਪਰ ਮੈਨੂੰ ਲੱਗਦਾ ਕੋਈ ਇੰਨੀ ਉਹ ਵਧੀਆ ਵੀਡੀਓ ਨਹੀਂ ਬਣੀ ਸੀ, ਇਸ ਕਰਕੇ ਉਹ ਤਾਂ ਮੈਂ ਤੁਹਾਡਾ ਸ਼ੇਅਰ ਨਹੀਂ ਪ੍ਰੋਪਰ ਕਰ ਰਿਹਾ। ਪਰ ਹੁਣ ਸ਼ਹਿਰ ਦੇ ਵਿੱਚ ਆਇਆ ਹੈਗਾ, ਸ਼ਹਿਰ ਵਿੱਚ ਆਣ ਕੇ ਮੈਂ ਤੁਹਾਡਾ 5-5, 7-7 ਮਿੰਟ ਦਾ ਕਲਿੱਪ ਜਿਹੜੇ ਹੈਗੇ ਆ ਉਹ ਸ਼ੇਅਰ ਕਰਦਾ ਰਹੂੰਗਾ ਜੀ, ਤੁਸੀਂ ਕਬੂਲ ਕਰਿਓ। ਤੁਹਾਨੂੰ ਮੇਰੀ ਕੰਪਨੀ ਦਾ ਨਾਂ ਤਾਂ ਪਤਾ ਹੀ ਹੈ ਜੀ, ਫੋਕ ਐਂਟਰਟੇਨਮੈਂਟ ਸਟੂਡੀਓ ਯੂਕਰੇਨ ਦੇ ਵਿੱਚ ਹੈਗੀ ਆ, ਅਤੇ ਸੇਮ ਹੀ ਮੇਰੀ ਜਿਹੜੀ ਇੱਕ ਸਾਡੀ ਇੱਕ ਕੰਪਨੀ ਹੈਗੀ ਹੈ ਜੀ, ਫੋਕ ਐਂਟਰਟੇਨਮੈਂਟ ਸਟੂਡੀਓ ਇੰਡੀਆ ਦੇ ਵਿੱਚ ਆ ਜਿਹੜੀ। ਦੇਖੋ ਜੀ, ਰਾਤ ਨੂੰ ਕਿੰਨੀ ਅੱਛੀ ਲੁੱਕ ਇਹਦੀ ਆਈ ਹੈ ਜੀ, ਮੈਂ ਦਿਨ ਦੀਆਂ ਫੋਟੋਗ੍ਰਾਫੀ ਇਹਦੀਆਂ ਕੱਲ੍ਹ ਖਿੱਚੂੰਗਾ ਜੀ, ਭੇਜੂਗਾ ਤੁਹਾਨੂੰ। ਇਹ ਰਾਤ ਦੀ ਫੋਟੋਗ੍ਰਾਫੀ ਦੇਖੋ, ਇਹ ਪੈਲਸ ਹੈ ਜੀ, ਇਹਦੀ ਰਾਤ ਦੀ ਫੋਟੋਗ੍ਰਾਫੀ ਦੇਖੋ, ਰਾਤ ਨੂੰ ਸ਼ਹਿਰ ਜਿਹੜਾ ਸਾਰਾ ਜੀ ਜਗਣ ਲੱਗ ਪਿਆ ਜੀ, ਇਸ ਦਾ ਕਿਆ ਮਾਹੌਲ ਹੈ ਜੀ ਸਾਰਾ। ਕੋਕੋਕੋਲਾ ਹੋਟਲ ਹੈ ਜੀ, ਆਹ ਮਾਹੌਲ ਤੁਸੀਂ ਦੇਖ ਰਹੇ ਹੋ ਜੀ, ਇਹ ਸਾਰਾ ਮਾਹੌਲ ਇੰਟਰਨਲੀ ਬਹੁਤ ਅੱਛਾ ਜੀ, ਬਹੁਤ ਅੱਛੇ ਤਰੀਕੇ ਦੇ ਨਾਲ ਬਿਲਟ ਕੀਤਾ ਹੋਇਆ ਵੀ ਮਾਹੌਲ ਹੈ ਜੀ। ਅਤੇ ਉਹ ਸਾਹਮਣੇ ਨੋਵਾਟਲ ਹੋਟਲ ਹੈ ਜੀ, ਠੀਕ ਹੈ ਜੀ, ਇਹ ਸਾਹਮਣੇ, ਅਤੇ ਇੱਧਰ ਨੂੰ ਜਾਊਂਗਾ ਤੁਸੀਂ ਦੇਖੋਗੇ, ਅਤੇ ਮੈਟਰੋ ਦਾ ਸਟੇਸ਼ਨ ਹੈ ਜੀ, ਇਹ ਸਾਰੇ ਸਾਰਾ ਜੀ ਸ਼ਹਿਰ ਦੇਖੋ। ਇਹ ਤਾਂ ਈਵਨਿੰਗ ਨੂੰ ਥੋੜ੍ਹਾ ਜਿਹਾ ਇਸ ਤਰੀਕੇ ਨਾਲ ਮੈਂ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਕਈ ਵਾਰੀ ਇਹ ਸੀਨ ਫਿਰ ਨਿਕਲਦਾ ਨਿਕਲ ਸ਼ਾਮ ਨੂੰ ਸ਼ਾਇਦ ਮੈਂ ਇੱਥੇ ਨਾ ਹੋਵਾਂ, ਸੋ ਇਸ ਕਰਕੇ ਦਿਨ ਵੇਲੇ ਤਾਂ ਮਿਲ ਜਾਏਗਾ ਮੈਨੂੰ ਸੀਨ, ਰਾਤ ਦੇ ਸੀਨ ਮਿਲਣੇ ਮੁਸ਼ਕਿਲ ਆ। ਦੇਖੋ ਵੈਸੇ ਤੁਸੀਂ, ਸਾਨੂੰ ਸਭ ਕੁਛ ਔਨਲਾਈਨ ਵੈਬਸਾਈਟ 'ਤੇ ਮਿਲ ਜਾਂਦਾ, ਪਰ ਫਿਰ ਵੀ ਜਦੋਂ ਪਰਸਨਲ ਤੌਰ 'ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਕੈਪਚਰ ਕਰਕੇ ਲਿਆਉਂਦੇ ਹੋ, ਤੁਸੀਂ ਜਿਸ ਚੀਜ਼ ਨਾਲ ਤਰੀਕੇ ਨਾਲ ਐਕਸਪਲੇਨ ਕਰ ਦਿੰਦੇ ਹਰੇਕ ਬੰਦੇ ਨੂੰ। ਅੱਜ ਹੁਣ ਮੈਂ ਮਾਲ ਦੀ ਬੈਕ ਸਾਈਡ 'ਤੇ ਆ ਗਿਆ ਜੀ, ਇੱਥੇ ਕੈਫੇ ਸਟਰੀਟ ਹੈ ਜੀ ਸਾਰੀ, ਆਹ ਸਾਰੇ ਲੋਕ ਕੈਫੇ ਵਗੈਰਾ 'ਤੇ ਬੈਠੇ ਆ ਜੀ, ਪਰ ਇਹ ਕੈਫੇ ਸਟਰੀਟ ਹੈਗੀ ਆ, ਆਊਟਸਾਈਡ 'ਤੇ ਇਨਸਾਈਡ 'ਤੇ ਲੋਕ ਬੈਠ ਕੇ ਕੈਫੇ ਦਾ ਮਜ਼ਾ ਲੈਂਦੇ ਆ ਜੀ, ਅਤੇ ਬੋਕਿੰਗ ਸਟਰੀਟ ਜਿਹਨੂੰ ਕਹਿੰਦੇ ਆ ਜੀ ਉਹ ਹੈ ਜੀ, ਅਤੇ ਮੈਂ ਬੋਕਿੰਗ ਸਟਰੀਟ 'ਤੇ ਵੀ ਤੁਹਾਨੂੰ ਲੈ ਕੇ ਚੱਲਦਾ ਜੀ ਹੁਣ। ਬੋਕਿੰਗ ਸਟਰੀਟ ਇੱਥੋਂ ਸਟਾਰਟ ਹੋ ਜਾਂਦੀ ਹੈ ਜੀ, ਠੀਕ ਹੈ, ਅਤੇ ਸਾਰੀ ਸਿਟੀ ਸੈਂਟਰ ਹੈਗਾ ਸਾਰੇ ਸਾਰਾ ਜੀ। ਬੋਕਿੰਗ ਸਟਰੀਟ ਦੇ ਵਿੱਚ ਤੁਸੀਂ ਆਮ ਕਰਕੇ ਯੂਰਪ ਦੇ ਹਰੇਕ ਸ਼ਹਿਰ ਦੇ ਵਿੱਚ ਬੋਕਿੰਗ ਸਟਰੀਟ ਹੁੰਦੀ ਹੈ ਜੀ, ਜਿਸ ਤਰ੍ਹਾਂ ਕੀਵ ਦੇ ਵਿੱਚ ਕਰਸ਼ੈਟਿਕ ਆ ਉੱਥੇ ਵੀ ਆ, ਅਤੇ ਇੱਥੇ ਜਿੱਦਾਂ ਬੋਕਿੰਗ ਸਟਰੀਟ ਹੈਗੀ ਆ ਇਹ ਜੀ, ਇਹ ਸ਼ਹਿਰ ਵਾਰਸਾ ਸ਼ਹਿਰ ਦੇ ਵਿੱਚ ਮੇਨ ਆਊਟਸਾਈਡ ਦੇ ਉੱਤੇ ਕਾਫੀ ਹਾਊਸ ਵਗੈਰਾ ਬਣੇ ਹੁੰਦੇ ਆ, ਇਨਸਾਈਡ 'ਤੇ ਰੈਸਟੋਰੈਂਟ ਵਗੈਰਾ ਸਾਰਾ ਬੜੇ ਬੜੇ ਵਧੀਆ ਤਰੀਕੇ ਨਾਲ ਬਣੇ ਹੋਏ ਹੁੰਦੇ ਆ ਜੀ, ਠੀਕ ਹੈ ਜੀ। ਅਤੇ ਬਾਕੀ ਸਮੇਂ ਦੇ ਹਿਸਾਬ ਦੇ ਨਾਲ ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜੀ, ਉਹ ਲੋੜ ਦੇ ਮੁਤਾਬਕ ਤੁਹਾਨੂੰ ਹਰ ਚੀਜ਼ ਮਿਲ ਜਾਂਦੀ ਹੈ ਜੀ, ਅਰੇਂਜ ਕਰਵਾਉਣਾ ਸਾਡਾ ਫਰਜ਼ ਹੈ ਜੀ, ਬੀਂਗ ਏ ਪ੍ਰੋਡਕਸ਼ਨ ਕੰਪਨੀ, ਲੋਕਲ ਪ੍ਰੋਡਕਸ਼ਨ ਕੰਪਨੀ, ਅਸੀਂ ਤੁਹਾਡੇ ਲਈ ਯੂਰਪ ਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਹੈਗੀ ਆ ਉਹ ਪ੍ਰੋਵਾਈਡ ਕਰਵਾ ਦਿੰਦੇ ਹਾਂ ਜੀ। ਮੋਸਟਲੀ ਜਿਹੜੀ ਆ ਉਹ ਚੀਜ਼ ਹੁਣ ਦੇਖੋ ਡਾਂ ਡੀਪ ਤੁਸੀਂ ਦੇਖਦੇ ਹੈਗੇ ਆ, ਉਹ ਡੀਪ ਤੱਕਰ ਦੇਖੋ ਜੀ, ਮੈਂ ਦਿਨ ਵੇਲੇ ਵੀ ਇੱਥੇ ਤੁਹਾਨੂੰ ਲਿਖਾਂਗਾ, ਦਿਨ ਵੇਲੇ ਲੋਕ ਤੁਹਾਨੂੰ ਘੱਟ ਮਿਲਦੇ ਆ, ਪਰ ਰਾਤ ਨੂੰ ਜਿਹੜੇ ਲੋਕ ਆ ਇਹ ਕਾਫੀ ਕਾਫੀ ਹਾਊਸਿਸ ਵਿੱਚ ਬੈਠੇ ਮਿਲ ਜਾਂਦੇ, ਠੀਕ ਹੈ ਜੀ। ਅਤੇ ਆਹ ਨੀਰੋ ਕੌਫੀ ਹੈ, ਨੀਰੋ ਕੌਫੀ ਕਾਫੀ
ਮਸ਼ਹੂਰ ਨਿਊ ਕਾਫੀ, ਠੀਕ ਹੈ, ਇੰਗਲੈਂਡ ਦੀ ਕੰਪਨੀ ਹੈ ਜੀ ਗ੍ਰੀਨ ਲੀਫ, ਦੇਖੋ ਕਬਾਬ ਕਿੰਗ, ਠੀਕ ਹੈ, ਲੋਕਾਂ ਨੇ ਇਹ ਸਾਰੇ ਆਪਣਾ ਇੰਜੋਏ ਕਰਦੇ ਆ ਜੀ ਇਸ ਵਾਕਿੰਗ ਸਟਰੀਟ ਦੇ ਵਿੱਚ। ਆਹ ਦੇਖੋ ਲੋਕ ਬੜੇ ਸ਼ੌਕੀਨ ਲੋਕ ਹੈ ਜੀ, ਯੂਰਪੀਅਨ ਲੋਕ ਕਾਫੀ ਸ਼ੌਕੀਨ ਲੋਕ ਹੈ ਜੀ, ਤੇ ਦੇਖਦੇ ਰਹਿੰਦੇ ਜੀ ਸਾਨੂੰ ਕਿੱਥੇ ਅੱਛੀ ਜਗ੍ਹਾ ਮਿਲਦੀ ਹੈ। ਇੱਦਾਂ ਹੀ ਇਟਲੀ ਦੇ ਵਿੱਚ ਵੀ ਮੈਂ ਹੁਣ ਜਾਣਾ ਜੀ, ਇਟਲੀ ਵਿੱਚ ਵੀ ਤੁਹਾਨੂੰ ਜਿਹੜਾ ਸਾਰਾ ਜਿਹੜਾ ਇਟਲੀ ਦੀਆਂ ਸਟੇਟਸ ਵੀ ਸਾਰੀਆਂ ਇਸ ਤਰੀਕੇ ਦੇ ਨਾਲ ਹੈ। ਦੇਖੋ ਜੀ ਨਿਆਣੇ ਸਾਈਕਲਿੰਗ ਵਗੈਰਾ ਕਰਦੇ ਇੰਜੋਏ ਕਰਦੇ, ਵਾਕਿੰਗ ਸਟਰੀਟ ਦੇ ਵਿੱਚ ਅਲਾਓ ਤਾਂ ਹੁੰਦਾ ਨਹੀਂ, ਪਰ ਫਿਰ ਵੀ ਇਹ ਲੋਕ ਜਿਹੜੇ ਹੈਗੇ ਆ ਥੋੜ੍ਹਾ ਬੋਲਾ, ਹਰ ਕੰਟਰੀ ਵਿੱਚ ਹੁੰਦੇ ਆ, ਬ੍ਰੇਕ ਮੇਕਰਸ ਵੀ ਹੁੰਦੇ ਆ, ਬ੍ਰੇਕ ਬ੍ਰੇਕਰਸ ਵੀ ਹੁੰਦੇ ਆ, ਲੋ ਵਗੈਰਾ ਬ੍ਰੇਕ ਕਰਦੇ ਰਹਿੰਦੇ ਆ ਜੀ। ਅਤੇ ਆਹ ਦੇਖੋ ਸਾਰਾ ਕੁਛ, ਕੁਛ ਲੋਕ ਮਾਇੰਡ ਵੀ ਕਰਦੇ ਉਹਨਾਂ ਦੀ ਫੋਟੋਗ੍ਰਾਫੀ ਵਿੱਚ ਨਾ ਆ ਵੀ, ਪਰ ਚਲੋ ਇਹ ਵੀ ਕਾਫੀ ਅੱਛਾ। ਨਾਲੋ ਇਧਰ ਨਾਲ ਇਹਨਾਂ ਦੇ ਇੱਧਰ ਸ਼ੋਰੂਮ ਵੀ ਬਣੇ ਹੋਏ ਆ ਜੀ, ਇਹ ਸਾਰੇ ਸ਼ੋਰੂਮਸ ਹੈ ਅਲੱਗ ਅਲੱਗ ਕੰਪਨੀਜ ਦੇ, ਠੀਕ ਹੈ, ਓਪਨ ਏਰੀਆ ਆ, ਬਹੁਤ ਅੱਛੇ ਤਰੀਕੇ ਦੇ ਨਾਲ ਬਿਲਟ ਕੀਤਾ। ਇਹ ਯਾਨੀ ਕਿ ਵਾਪਸ ਉਧਰਲੀ ਸਾਈਡ ਨੂੰ ਆ ਗਏ ਆਪਾਂ, ਠੀਕ ਹੈ, ਯਾਨੀ ਕਿ ਵਿੱਚ ਵਿੱਚ ਹੋਟਲਸ ਦੇ ਨਾਲ ਆਪਣਾ ਆਊਟਿੰਗ ਵਗੈਰਾ ਵਾਸਤੇ ਸਿਟਿੰਗ ਵਾਸਤੇ ਬਣਾਇਆ, ਫਿਰ ਸਾਰੇ ਸ਼ੋਰੂਮਸ ਵਗੈਰਾ ਬਣੇ ਹੋਏ ਜੀ। ਲੰਬੀ ਸਟਰੀਟ ਹੈ ਜੀ, ਕਾਫੀ ਲੰਬੀ ਸਟਰੀਟ ਹੈ ਜੀ, ਬਹੁਤ ਲੰਬੀ ਸਟਰੀਟ ਹੈ ਜੀ। ਦੇਖੋ ਕਿੱਥੋਂ ਮੈਂ ਚੱਲ ਕੇ ਆਇਆ ਸੀ, ਉਹ ਰਿਜ਼ਰਵ ਲਿਖਿਆ ਸਾਹਮਣੇ ਜੀ, ਮੈਂ ਚੱਲ ਕੇ ਆਇਆ ਸੀ ਯਾਰ, ਜਿਹੜਾ ਸੈਲਾਨੀ ਆ ਉਹ ਆਪਣੇ ਅੰਦਰ ਨਾਈਸ ਕਰੀਮ ਕੈਫੇ। ਕੈਂਟਰ ਐਕਸਚੇਂਜ ਕਿਉਂਕਿ ਇਹ ਦਿਨ ਵੇਲੇ ਤੁਹਾਨੂੰ ਫਿਰ ਇਹ ਕਰਾਊਡ ਨਹੀਂ ਮਿਲਦਾ ਨਾ ਘੁੰਮਣ ਵਾਲਾ ਜਿਹੜਾ ਹੈਗਾ, ਇਹ ਨਾਈਟਸ ਦੇ ਵਿੱਚ ਹੁੰਦਾ ਹੈਗਾ, ਦਿਨ ਵੇਲੇ ਲੋਕ ਜਿਹੜੇ ਹੈਗੇ ਆ ਥੋੜੀ ਹੀਟ ਵੀ ਅੱਜ ਕੱਲ੍ਹ ਹੋ ਗਈ, ਇੱਥੇ ਗਰਮੀ ਹੋ ਗਈ ਹੈ। ਕੈਂਡੀਜ਼ ਦੇ te lo prego che cosa storia di linguaggio. Allora, una tara Befana la forma la le odia. ਬਾਦਸ਼ਾਹ ਸ਼ਹਿਰ ਦੀ ਵੀ ਖੂਬਸੂਰਤੀ ਜਿਹੜੀ ਹੈ ਜੀ ਇਹ ਅਲੱਗ ਹੀ ਹੈ ਜੀ, ਕਾਫੀ ਪੈਰਿਸ ਵਾਂਗੂ ਕਾਫੀ ਮੰਨਿਆ ਹੋਇਆ ਹੈ ਜੀ। ਹਸਟਰੀਕ ਹਾਊਸ ਆ ਗਿਆ ਜੀ, ਠੀਕ ਹੈ, ਜੇ ਗੀਫ ਗੂਫ ਖਾਣ ਵਾਲੇ ਲੋਕ ਜਿਹੜੇ ਆ ਮੋਸਟਲੀ ਇੱਥੇ ਆਉਂਦੇ ਆ। ਆਹ ਦੇਖੋ ਜੀ, ਜੇ ਫਿਰ ਉਸ ਤਰ੍ਹਾਂ ਹੀ ਉਹ ਰੋਡ ਆਪਾਂ ਛੱਡ ਕੇ ਆਏ ਹਾਂ, ਇੱਧਰ ਇੱਕ ਹੋਰ ਰੋਡ ਆ ਗਈ ਹੈ ਜੀ, ਚਾਰ ਸਪੇਅਰ ਨੂੰ ਇਸ ਤਰ੍ਹਾਂ ਸਟਰੀਟ ਹੀ ਹੈ ਸਾਰੀਆਂ ਜੀ, ਸ਼ਾਮ ਨੂੰ ਪੂਰਾ ਰਸ਼ ਹੁੰਦਾ ਜੀ ਇੱਥੇ। ਆਹ ਦੇਖੋ ਜੀ, ਹੁਣ ਆਹ ਰੋਡ ਪੂਰੀ ਦੀ ਪੂਰੀ ਜਿਹੜੀ ਹੈਗੀ ਆ ਬਾਕੀ ਸਟਰੀਟ ਆ, ਦੇਖੋ ਕੋਈ ਇੱਧਰ ਰੋਡ ਨਹੀਂ। ਆਹ ਦੇਖੋ ਜੀ, ਵਾਹ ਵੀ ਵਾਹ, ਪੂਰੀ ਦੁਨੀਆਂ ਜਿਹੜੀ ਹੈਗੀ ਆ
ਸੈਂਟਰ ਚ ਤੁਰੀ ਫਿਰਦੀ ਹੈ ਜੀ। ਲੋਕ ਪੂਰਾ ਇੰਜੋਏ ਕਰਦੇ ਜੀ, ਪੂਰਾ ਰਸ਼ ਹੈ ਜੀ, ਪੂਰਾ ਰਸ਼ ਕਹਿੰਦੇ ਜੀ।